ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਜਲੰਧਰ ਦੇ ਧੀਰਪੁਰ ਪਿੰਡ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਕਰਤਾਰਪੁਰ ਦੇ ਲਾਗੇ ਪੈਂਦੇ ਇਸ ਪਿੰਡ ਦੇ ਵਿੱਚ ਇਸ ਕੰਸਟਰਕਸ਼ਨ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਪਹਿਲੀ ਜਾਣਕਾਰੀ ਦੇ ਮੁਤਾਬਕ ਕਤਲ ਦੀ ਇਹ ਵਾਰਦਾਤ ਪਾਰਕਿੰਗ ਨੂੰ ਲੈ ਕੇ ਹੋਈ। ਦੱਸਿਆ ਜਾ ਰਿਹਾ ਕਿ ਪਾਰਕਿੰਗ ਨੂੰ ਲੈ ਕੇ ਇਸ ਸ਼ਖਸ ਦਾ ਕਿਸੇ ਦੇ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਗੁੱਸੇ 'ਚ ਆਏ ਉਹਨਾਂ ਲੋਕਾਂ ਨੇ ਗੋਲੀ ਚਲਾ ਦਿੱਤੀ। ਜੋ ਪਹਿਲੀ ਜਾਣਕਾਰੀ ਹੈ ਉਸ ਦੇ ਮੁਤਾਬਕ ਇੱਕੋ ਇੱਕ ਗੋਲੀ ਚੱਲੀ ਜੋ ਸਿੱਧੀ ਉਸ ਸ਼ਖਸ ਦੇ ਦਿਲ 'ਚ ਜਾ ਵੱਜੀ, ਜਿਸ ਦੇ ਚੱਲਦਿਆਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਕਰਤਾਰਪੁਰ ਦੇ ਵਿੱਚ ਗੋਲੀ ਚੱਲੀ ਉਹਦੇ ਬਾਰੇ ਦੱਸ ਦਿਓ ਸਰ। ਹਾਂ, ਇੱਕ ਸਾਨੂੰ ਕਰੀਬ 5:30-6 ਵਜੇ ਇਤਲਾਹ ਆਈ ਸੀ ਕਿ ਧੀਰਪੁਰ ਪਿੰਡ ਦੇ ਵਿੱਚ ਕੋਈ ਗੋਲੀ ਚੱਲੀ ਹੈ। ਉੱਥੇ ਸਾਡੇ SHO ਪੁਸ਼ਪ ਬਾਲੀ ਮੌਕੇ ਦੇ ਉੱਤੇ ਰਵਾਨਾ ਹੋਏ। ਉਹਨਾਂ ਨੇ ਜਾ ਕੇ ਉੱਥੇ ਵਾਕਿਆ ਦੇਖਿਆ। ਉਸ ਤੋਂ ਬਾਅਦ ਜਿਹੜੇ ਬੰਦੇ ਇੰਜਰਡ ਸੀਗਾ ਉਹ ਬੰਦੇ ਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਉਹਦਾ ਜਿਹੜਾ ਸਾਥੀ ਸੀ ਸੰਦੀਪ ਉਹਨੂੰ ਲੈ ਕੇ ਸੈਕਰਟ ਹਾਰਟ ਹੋਸਪਿਟਲ ਆ ਗਿਆ, ਜਿੱਥੇ ਮੈਂ ਵੀ ਸੈਕਰਟ ਹਾਰਟ ਹੋਸਪਿਟਲ ਆਇਆ। ਇਹ ਜਗਜੀਤ ਸਿੰਘ ਹੈਗਾ ਹਮੀਰੇ ਦਾ, ਇਹ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਅਤੇ ਇਹਦਾ ਇੱਕ ਦੋਸਤ ਸੀ ਜਿਹੜਾ ਫੌਜ ਵਿੱਚੋਂ ਛੁੱਟੀ ਆਇਆ ਹੋਇਆ ਸੀ ਸੰਦੀਪ, ਉਹ ਲੱਖਣਪੁਰੇ ਦਾ ਹੈਗਾ। ਇਹ ਦੋਨੋਂ ਜਣੇ ਸਵਿਫਟ ਕਾਰ ਦੇ ਵਿੱਚ ਜਿਹੜੇ ਉੱਥੇ ਧੀਰਪੁਰ ਪਿੰਡ ਦੇ ਵਿੱਚ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਗਏ ਸੀਗੇ। ਉੱਥੇ ਇਹਨਾਂ ਦੀ ਗੱਡੀ ਪਾਰਕ ਕਰਨ ਤੋਂ ਹੀ ਕਿਤੇ ਤੂਤ ਨੱਕ ਹੋਈ ਆ। ਉੱਥੋਂ ਦੇ ਜਿਹੜੇ 3 ਬੰਦੇ ਨੇ, ਸਿਮਰਜੀਤ ਸਿੰਘ, ਸੁਖਦੇਵ ਸਿੰਘ ਅਤੇ ਇੱਕ ਹੈਗਾ ਅਮਨ, ਇਹ ਤਿੰਨੋਂ ਸਕੇ ਭਰਾ ਨੇ ਔਰ ਰੇਸ਼ਮ ਸਿੰਘ ਦੇ ਮੁੰਡੇ ਨੇ, ਉੱਥੋਂ ਦੇ ਪਿੰਡ ਦੇ ਨੇ। ਇਹਨਾਂ ਦੇ ਨਾਲ ਉੱਥੇ ਹਲਕਾ ਫੁਲਕਾ ਜਿਹੜਾ ਤੂਤ ਨੱਕ ਹੋਈ ਆ। ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਗੋਲੀ ਮਾਰ ਦਿੱਤੀ ਆ। ਗੋਲੀ ਮਾਰਨ ਦੇ ਉੱਤੇ ਜਿਹੜੀ ਆ ਜਿਹੜਾ ਜਗਜੀਤ ਹੈਗਾ ਉਹਦੇ ਹਾਰਟ ਦੇ ਉੱਤੇ ਇੱਕ ਹੀ ਫਾਇਰ ਹੋਇਆ ਔਰ ਉਹਦੇ ਹਾਰਟ ਦੇ ਉੱਤੇ ਲੱਗ ਗਈ। ਉਹਨੂੰ ਇਮੀਡੀਏਟਲੀ ਜਿਹੜਾ ਸੈਕਰਟ ਹਾਰਟ ਉਹਨਾਂ ਨੇ ਮੂਵ ਕੀਤਾ, ਉਹਦੀ ਇੱਥੇ ਆਣ ਕੇ ਡੈਥ ਹੋ ਗਈ ਆ। ਇਹਦੇ ਖਿਲਾਫ਼ ਜਿਹੜਾ ਹੈਗਾ ਅਸੀਂ 302 IPC ਦੇ ਤਹਿਤ ਜਿਹੜਾ ਮੁਕੱਦਮਾ ਤਿੰਨਾਂ ਦੇ ਖਿਲਾਫ਼ ਅਸੀਂ ਦਰਜ ਕੀਤਾ, ਜੋ ਵੀ ਸਟੇਟਮੈਂਟ ਅਜੇ ਰਿਕਾਰਡ ਕੀਤੀ ਆ। ਸਰ, ਇਹਦੀ ਮੈਰਿਜ ਵਗੈਰਾ ਹੋਈ ਹੈ ਜਿਨ੍ਹਾਂ ਦੀ ਡੈਥ ਹੋਈ ਹੈ? ਇਹਦੀ ਮੈਰਿਜ ਹੋਈ ਹੈ। ਇਹਦੇ ਦੋ ਬੱਚੇ ਨੇ, ਇੱਕ ਬੱਚੀ ਜੋ ਮੈਨੂੰ ਸੁਣਨ 'ਚ ਆਇਆ ਕਿ 3 ਮਹੀਨੇ ਦੀ ਅਜੇ ਬੋਰਨ ਹੈਗੀ ਹੈ ਅਤੇ ਮੈਰਿਡ ਹੈਗਾ। ਕਿੰਨੇ ਕੁ ਸਾਲ ਦੀ ਉਮਰ ਹੈ ਭਾਅ ਜੀ ਇਹਨਾਂ ਦੀ? ਇਹਦੀ 30 ਜਾਂ 32 ਸਾਲ ਦੀ ਉਮਰ ਹੈਗੀ। ਇਹ ਕੰਮ ਵਗੈਰਾ ਕੀ ਕਰਦੇ? ਬਿਲਡਿੰਗ ਕੰਸਟਰਕਸ਼ਨ ਦਾ ਇਹਦੀ ਉੱਥੇ ਹਮੀਰੇ ਦੇ ਵਿੱਚ ਇਹਦੀ ਸ਼ੌਪ ਹੈਗੀ। ਸਰ, ਇਹ ਜਿੱਦਾਂ ਤੁਸੀਂ ਕਹਿ ਰਹੇ ਕਿ ਕਾਰ ਨੂੰ ਲੈ ਕੇ ਜਾਂ ਗਾਲੀ ਗੁਲ ਨੂੰ ਹੋਇਆ ਵਾ, ਲੜਾਈ ਝਗੜਾ ਹੋਇਆ ਵਾ, ਜੇ ਗੋਲੀ ਚਲਾਈ ਹੈ, ਕੋਈ ਤੁਹਾਨੂੰ ਲੱਗਦਾ ਕੋਈ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਇਹਨਾਂ ਦੀ? ਹੋ ਸਕਦੀ ਹੈ। ਦੇਖੋ, ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ। ਅਜੇ ਸਟੇਜ ਇਹੋ ਜਿਹੀ ਹੈ ਨਹੀਂ, ਪ੍ਰੀਮਿਲੀ ਸਟੇਜ ਦੇ ਉੱਤੇ ਜਿਹੜਾ ਅਸੀਂ ਪਰਚਾ ਦਰਜ ਕੀਤਾ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਬਤ ਹੋਣੀਆਂ, ਸਾਰੀਆਂ ਚੀਜ਼ਾਂ ਨੇ ਅੱਗੇ ਆਉਣਾ ਔਰ ਜਿੱਦਾਂ ਦੀ ਹਾਲਾਤ ਹੋਣਗੇ ਉਹਦੇ ਮੁਤਾਬਕ ਅਸੀਂ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਅਸੀਂ ਬੰਦਿਆਂ ਦੀ ਗ੍ਰਿਫਤਾਰੀ ਕਰਾਂਗੇ। ਛਾਪੇਮਾਰੀ ਸੀ ਸ਼ੁਰੂ ਕਰ ਦਿੱਤੀ, ਬੰਦੇ ਭੱਜ ਗਏ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।